ਰਗਬੀਰ ਸਿੰਘ ਵੀਰ ਦਾ ਵਿਸ਼ਾ ਉਪਜਣਾ ਬਿੰਸਨਾ ਨਾਮ ਦੀ ਕਮਾਈ ਜਦ ਅਭਿਆਸੀ ਗੁਰਮੁਖ ਨੂੰ ਨਾਮੀ ਵਿੱਚ ਅਪੇਧ ਕਰ ਦਿੰਦੀ ਹੈ ਤਾਂ ਅਭਿਆਸੀ ਉਸ ਅਭੇਤਾ ਦੀ ਖੁਮਾਰੀ ਵਿੱਚੋਂ ਜਦ ਨਜ਼ਰ ਪੁੱਟਦਾ ਹੈ ਤਾਂ ਸਾਰਾ ਜਗਤ ਰਚਨਾ ਨੂੰ ਖਿਆਲੀ ਤਸਵੀਰ 멘ਟਲ ਪਿਕਚਰਸ ਤੋਂ ਸਿਵਾ ਕੁਝ ਨਹੀਂ ਵੇਖਦਾ ਉਹ ਜਦ ਆਪਣੇ ਅਸਲੇ ਪਰਮਾਤਮਾ ਚ ਡੂੰਗੀ ਚੁੱਭੀ ਲਾਉਂਦਾ ਹੈ ਤਾਂ ਸਾਰੀ ਜਗਤ ਰਚਨਾ ਲੇ ਹੋ ਜਾਂਦੀ ਹੈ ਉਹਨੂੰ ਇਹ ਪਾਸਤਾ ਜਿਵੇਂ ਜਗਤ ਰਚਨਾ ਕਦੀ ਹੋਈ ਹੀ ਨਹੀਂ ਪਰਮਾਤਮਾ ਤੋਂ ਸਿਵਾ ਕੁਝ ਹੈ ਹੀ ਨਹੀਂ ਉਹਨੂੰ ਇਹ ਵੀ ਪਤਾ ਲੱਗਦਾ ਹੈ ਕਿ ਪਰਮਾਤਮਾ ਦੀ ਆਪੇ ਦਿੱਤਾ ਵਿੱਚੋਂ ਜਦ ਉਹਨੂੰ ਜਗਤ ਰਚਨਾ ਦਾ ਸੰਕਲਪ ਪੈਦਾ ਹੁੰਦਾ ਹੈ ਤਾਂ ਉਹਦੇ ਦਿਲ ਪਰਚਾਵੇ ਲਈ ਪਰਮਾਤਮਾਾਂ ਚੋਂ ਆਤਮਾ ਰੂਪ ਹੋ ਕੇ ਨਿਕਲਦਾ ਹੈ ਤੇ ਉਹਦੀ ਆਤਮਾ ਵਿੱਚੋਂ ਸਭ ਜਗਤ ਰਚਨਾ ਸਿਨੇਮੇ ਦੀ ਤਰ੍ਹਾਂ ਉਹਦੇ ਸਾਹਮਣੇ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਆਤਮਾ ਵਿੱਚੋਂ ਫਿਲਮ ਨਿਕਲੀ ਜਗਤ ਰਚਨਾ ਸਿਨੇਮੇ ਦੀ ਫਿਲਮ ਦੀ ਤਰ੍ਹਾਂ ਹੁੰਦੀ ਤਾ ਝੂਠ ਜਾਂ ਮਿੱਥਿਆ ਹੈ ਪਰ ਜਦ ਤੱਕ ਜੀਵ ਨੂੰ ਗਿਆਨ ਨਾ ਹੋਵੇ ਸੱਚ ਭਾਸਦੀ ਰਹਦੀ ਹੈ ਸਿਨੇਮੇ ਦੀ ਫਿਲਮ ਵੀ ਅਨਜਾਨ ਲੋਕਾਂ ਨੂੰ ਸਿਨਮਾ ਹਾਲ 'ਚ ਬੈਠਿਆਂ ਸੱਚ ਭਾਸਦੀ ਹੈ ਪਰ ਹੁੰਦੀ ਹੈ ਕਦੀ ਵੀ ਸੱਚ ਨਹੀਂ ਸੁਪਨਾ ਵੀ ਜਦ ਤੱਕ ਅੱਖ ਨਾ ਖੁੱਲੇ ਵੇਖਣ ਵਾਲੇ ਨੂੰ ਸੱਚ ਭਾਸਦਾ ਹੈ ਪਰ ਅੱਖ ਖੁੱਲਣ ਤੇ ਜਿਵੇਂ ਸੁਪਨਾ ਲੈ ਹੋ ਜਾਂਦਾ ਹੈ ਉਸੇ ਤਰ੍ਹਾਂ ਨਾਮ ਅਭਿਆਸੀ ਪਰਮਾਤਮਾ 'ਚ ਲੀਨ ਹੋ ਕੇ ਸਭ ਜਗਤ ਰਚਨਾ ਨੂੰ ਅਕਾਲ ਪੁਰਖ 'ਚ ਲੀਨ ਹੋ ਗਈ ਦੇਖਦਾ ਹੈ ਉਸ ਵੇਲੇ ਅਭਿਆਸੀ ਨੂੰ ਸਮਝ ਆਉਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਗਤ ਦਾ ਮਿੱਥਿਆ ਝੂਠ ਧੂਏ ਦਾ ਪਹਾੜ ਲਿਖਿਆ ਜਾਣਾ ਐਵੇਂ ਸ਼ਾਇਰਾਨਾ ਮੁਕਾਬਲਾ ਨਹੀਂ ਸਗੋਂ ਇੱਕ ਨਿੱਘਰ ਤੇ ਵਿਗਿਆਨਕ ਸਚਾਈ ਹੈ ਜਗ ਸੁਪਨਾ ਬਾਜੀ ਬਣੀ ਖਿੰਮੇ ਖੇਲ ਖਿਲਾਈ ਟੰਡੋਲੇਮ ਟੁੰਡੇਮ ਡਿਠਮੇ ਨਾਨਕ ਜਗ ਧੂਏ ਕਾ वल हर सवाल है जातो जाए कहा आवे कह उपजे कह जाए समावे क्यों व्यो क्यों मुक्ति पावे क्यों अभिलाषी सहज समावे जवाब सहजे आवे सहजे जाए मनते उपजे मन माहे समाए गुरमुख मुक्तो बंध न पाए शब्द विचार ਛੁੱਟ ਹੈ ਹਰ ਨਾਇ ਇਸ ਸੁਭਾਗ ਅਵਸਥਾ ਦਾ ਨਾਮ ਅਭਿਆਸੀ ਅਭਿਆਸ ਦੀ ਲੈਬੋਰਟਰੀ ਵਿੱਚ ਆਪਣੇ ਮਨ ਤੋਂ ਅਲਹਿਦਾ ਹੋ ਕੇ ਦੇਖਦਾ ਹੈ ਕਿ ਸਾਰੀ ਜਗਤ ਰਚਨਾ ਉਹਦੇ ਮਨ ਤੋਂ ਉਪਜਦੀ ਹੈ ਤੇ ਉਹਦੇ ਮਨ ਚ ਹੀ ਸਮਾ ਜਾਂਦੀ ਹੈ ਉਹਦਾ ਮਨ ਆਤਮਾ ਵਿੱਚੋਂ ਤੇ ਆਤਮਾ ਪਰਮਾਤਮਾ ਵਿੱਚੋਂ ਉਪਜਦੀ ਬਿੰਸਦੀ ਰਹਿੰਦੀ ਹੈ ਇੱਥੇ ਅੱਪੜ ਕੇ ਅਭਿਆਸੀ ਦੇਖਦਾ ਹੈ ਕਿ ਮਨ ਤੋਂ ਉਪਜੀ ਜਗਤ ਰਚਨਾ ਖਿਆਲੀ ਤਸਵੀਰਾਂ ਤੋਂ ਛੁੱਟ ਕਦੀ ਸੱਚੀ ਨਹੀਂ ਹੋ ਸਕਦੀ ਉਹਦਾ ਬੜਾ ਭਾਰਾ ਭੁਲੇਖਾ ਇਹਦੇ ਖਤਮ ਹੁੰਦਾ ਹੈ ਕਿ ਉਹ ਸਾਰੀ ਦ੍ਰਿਸ਼ਟਮਾਨ ਤੇ ਰੂਪ ਰੰਗ ਦੀ ਰਚਨਾ ਨੂੰ ਕੇਵਲ ਸੁਪਨੇ ਦੀ ਜਾਂ ਖਿਆਲੀ ਰਚਨਾ ਮੰਨਦਾ ਹੈ ਫਿਰ ਉਹਨੂੰ ਇਹ ਸੋਝੀ ਆਉਂਦੀ ਹੈ ਕਿ ਜੇਕਰ ਸਾਰੀ ਦ੍ਰਿਸ਼ਟਮਾਨ ਰਚਨਾ ਮਿੱਥਿਆ ਜਾਂ ਖਿਆਲੀ ਹੈ ਤਾਂ ਇਹਦੇ ਸਾਰੇ ਅੰਗ ਮਿੱਥਿਆ ਤੇ ਖਿਆਲੀ ਹੋਣੇ ਲਾਜ਼ਮੀ ਹਨ ਇਸ ਕਰਕੇ ਰਚਨਾ ਅੰਦਰ ਉਹਦਾ ਜਨਮ ਮਰਨ ਪਾਪ ਪੁੰਨ ਦੁੱਖ ਸੁੱਖ ਸਿਹਤ ਤੇ ਬਿਮਾਰੀ ਸਭ ਉਹਦੇ ਮਨ ਦੀ ਕਿਆਲੀ ਰਚਨਾ ਹੈ ਅਸਲ ਚ ਕੁਝ ਨਹੀਂ ਕੋਈ ਵੀ ਦੇਖਦਾ ਹੈ ਕਿ ਮਨ ਆਪਣੇ ਆਪ ਚ ਕੁਝ ਨਹੀਂ ਕੇਵਲ ਉਹਦਾ ਆਪਣੇ ਅਸਲੇ ਆਪਣੇ ਅਸਲ ਸਰੂਪ ਪਰਮਾਤਮਾ ਤੋਂ ਗਿਆਨ ਜਾਂ ਡਿੱਗਣ ਦਾ ਨਤੀਜਾ ਹੈ ਜਦ ਮਨ ਕੁਝ ਨਹੀਂ ਤਦ ਮਨ ਤੋਂ ਉਪਜੀ ਜਗਤ ਰਚਨਾ ਕਿਵੇਂ ਕੁਝ ਹੋ ਸਕਦੀ ਹੈ ਇੱਥੇ ਅਪੜ ਕੇ ਅਭਿਆਸੀ ਪਾਪ ਦੁੱਖ ਬਿਮਾਰੀ ਤੇ ਮੌਤ ਤੋਂ ਨਿਰਭੈ ਹੋ ਜਾਂਦੇ ਕਿਉਂਕਿ ਇਹ ਚੀਜ਼ਾਂ ਮਨ ਦੀ ਕਲਪਨਾ ਤੋਂ ਸਿਵਾ ਕੁਝ ਨਹੀਂ ਕੋਈ ਜ਼ਰੂਰੀ ਨਹੀਂ ਕਿ ਅਭਿਆਸੀ ਇਸ ਅਵਸਥਾ 'ਚ ਪਹੁੰਚ ਕੇ ਫੌਰਨ ਅਕਾਲ ਪੁਰਖ ਚ ਲੀਨ ਹੋ ਜਾਏ ਉਹ ਹੁਣ ਮਨ ਦਾ ਮਾਲਕ ਤੇ ਮਨ ਉਹਦਾ চাকਰ ਹੁੰਦਾ ਹੈ ਉਹ ਮਨ ਚ ਕੇਵਲ ਸ਼ੁਭ ਤਰੰਗਾ ਜਾਂ ਸ਼ੁਭ ਛਾਵਾਂ ਨੂੰ ਹੀ ਉਪਜਣ ਦੀ ਇਜਾਜ਼ਤ ਦਿੰਦਾ ਹੈ ਇਸ ਲਈ ਉਹਦੇ ਸਰੀਰਕ ਜੀਵਨ ਚ ਸੁਖ ਸ਼ਾਂਤੀ ਬੇਫਿਕਰੀ ਬੇਪਰਵਾਹੀ ਬੇਮਤਾਜੀ ਆਨੰਦ ਖੇੜਾ ਪਰਉਪਕਾਰ ਆਣ ਪ੍ਰਗਟ ਹੁੰਦੇ ਹਨ ਤੇ ਉਹ ਆਦਰਸ਼ਕ ਜੀਵਨ ਬਤੀਤ ਕਰਦਾ ਰਹਿੰਦਾ ਹੈ ਕਰਦਾ ਕਰਦਾ ਜਦ ਇਸ ਤੋਂ ਵੀ ਰਜ ਜਾਂਦਾ ਹੈ ਤਾਂ ਨਾਮ ਜਪ ਵਿੱਚ ਸੁਰਤੀ ਨੂੰ ਲੀਨ ਕਰਕੇ ਮਨ ਤੋਂ ਸਦਾ ਲਈ छुटकारा ਤੇ ਆਕਾਲ ਪੁਰਖ ਚ ਸਦਾ ਲਈ ਲੀਨਤਾ ਪ੍ਰਾਪਤ ਕਰਦਾ ਹੈ ਸੱਜੇ ਆਵੇ ਸੱਜੇ ਜਾਈ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਕਤੋਂ ਬੰਦ ਨਾ ਪਾਏ ਸਬਦ ਵਿਚਾਰ ਛੁੱਟੇ ਹਰ ਨਾਏ ਤਾਂ